ਆਪਾਂ ਕਰਾਂਗੇ ਵਾਧੇ ਕ੍ਰਮ। ਕੀ ਕਰਾਂਗੇ? ਵਾਧੇ ਕ੍ਰਮ। ਵਾਧੇ ਕ੍ਰਮ ਨੂੰ ਇੰਗਲਿਸ਼ ਕੀ ਕਹਿੰਦੇ ਨੇ? ਇਨਕਰੀਜ਼ਿੰਗ ਆਰਡਰ। ਮੇਰੇ ਪਿੱਛੇ ਬੋਲੋ, ਇਨਕਰੀਜ਼ਿੰਗ ਆਰਡਰ, ਜਾਂ ਫਿਰ ਕਹਿੰਦੇ ਨੇ ਅਸੈਂਡਿੰਗ ਆਰਡਰ। ਅਸੈਂਡਿੰਗ ਆਰਡਰ, ਠੀਕ ਹੈ। ਇਹਦਾ ਮਤਲਬ ਹੁੰਦਾ ਬੇਟਾ ਕਿ ਆਪਾਂ ਛੋਟੇ ਤੋਂ ਵੱਡੇ ਵੱਲ ਨੂੰ ਜਾਣਾ, ਠੀਕ ਹੈ। ਪਹਿਲਾਂ ਛੋਟੀ ਚੀਜ਼, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਸੀਰੀਅਲ ਵਾਈਜ਼ ਕਰਕੇ ਲਾਣੇ, ਸਹੀ ਕਰਕੇ ਸੀਕੁਐਂਸ ਲਾਣੇ। ਦੇਖੋ ਆ, ਤੁਹਾਡੇ ਅੱਗੇ ਪੰਜ ਬੱਚੇ ਖੜੇ ਨੇ, ਇਹਨਾਂ ਦੀ ਹਾਈਟ ਹੁਣ ਇਹ ਸਭ ਤੋਂ ਛੋਟੀ ਹੈ, ਇਹਦੀ ਹਾਈਟ ਬੜੀ ਹੈ, ਇਹ ਛੋਟਾ ਆ ਗਿਆ, ਇਹ ਉੱਡੂ ਵੀ ਛੋਟੀ ਆ ਗਈ, ਫਿਰ ਬੜੀ ਆ ਗਈ, ਇਹ ਉਲਟੇ ਪੁਲਟੇ ਖੜੇ ਨੇ ਨਾ। ਜੇ ਮੈਂ ਤੁਹਾਨੂੰ ਕਹਾਂ ਵੀ ਇਹਨਾਂ ਨੂੰ ਹਾਈਟ ਵਾਈਜ਼ ਇਨਕਰੀਜ਼ਿੰਗ ਆਰਡਰ ਚ ਖੜੇ ਕਰ ਦੋ, ਵਾਧੇ ਕ੍ਰਮ ਦੇ ਵਿੱਚ ਖੜੇ ਕਰ ਦੋ, ਅਸੈਂਡਿੰਗ ਆਰਡਰ ਚ ਖੜੇ ਕਰੋ, ਤਾਂ ਆਪਾਂ ਕਿਵੇਂ ਕਰਾਂਗੇ? ਇੱਧਰੋਂ ਸ਼ੁਰੂ ਕਰਾਂਗੇ ਬੇਟਾ, ਕਿਉਂਕਿ ਆਪਾਂ ਬਹੁਤ ਇੱਧਰੋਂ ਲਿਖਦੇ ਹਾਂ ਨਾ, ਠੀਕ ਹੈ। ਬੋਰਡ ਤੇ ਆਪਾਂ ਇੱਧਰੋਂ ਸਟਾਰਟ ਕਰਦੇ ਹਾਂ ਨਾ, ਤੇ ਇੱਧਰੋਂ ਸਟਾਰਟ ਕਰਾਂਗੇ। ਹੁਣ ਮੈਨੂੰ ਇਹ ਦੱਸੋ ਕਿ ਵਾਧੇ ਕ੍ਰਮ ਚ ਪਹਿਲਾਂ ਆਪਾਂ ਸਭ ਤੋਂ ਛੋਟਾ ਦੇਖਾਂਗੇ। ਇਹਨਾਂ ਸਾਰੀਆਂ ਹਾਈਟਸ ਦੇ ਵਿੱਚੋਂ ਕਿਹੜੇ ਬੱਚੇ ਦੀ ਹਾਈਟ ਸਭ ਤੋਂ ਛੋਟੀ ਹੈ? ਜਸਨੂਰ। ਵੈਰੀ ਗੁੱਡ ਜਸਨੂਰ, ਬੇਟਾ ਇੱਧਰ ਆ ਜਾ, ਆ ਜਾ ਬੇਟਾ ਇੱਧਰ। ਕਿਹਦੀ ਹਾਈਟ ਛੋਟੀ ਹੈ? ਜਸਨੂਰ। ਬੜਾ ਬੜਾ ਉੱਧਰ ਹੋ ਜਾ, ਠੀਕ ਹੈ ਬਈ। ਹੁਣ ਜਸਨੂਰ ਖੜੀ ਕਰਤੀ, ਇਹਨੂੰ ਤਾਂ ਕੱਟ ਦੋ, ਇਹਨੂੰ ਨਹੀਂ ਸੋਚਣਾ ਹੁਣ, ਇਹ ਇੱਕ ਵਾਰੀ ਇਹਦੇ ਬਾਰੇ ਨਹੀਂ ਸੋਚਣਾ। ਹੁਣ ਆ ਚਾਰ ਬੱਚੇ ਰਹਿ ਗਏ, ਹੁਣ ਜਸਨੂਰ ਤੋਂ ਬਾਅਦ ਆਪਾਂ ਕਿਹਨੂੰ ਲਗਾਵਾਂਗੇ? ਕਿਹਦੀ ਹਾਈਟ ਛੋਟੀ ਹੈ? ਵਾਧੇ ਕ੍ਰਮ ਤੇ ਇਨ
ਆਰਡਰ ਵੀ ਕਹਿ ਸਕਦੇ ਆ, ਅਸੈਂਡਿੰਗ ਆਰਡਰ ਵੀ ਕਹਿ ਸਕਦੇ ਆ। ਹੁਣ ਤੁਹਾਨੂੰ ਸਮਝ ਆ ਗਈ, ਹੁਣ ਇਹ ਆਪਾਂ ਨੋਟਬੁੱਕ ਤੇ ਕਰਾਂਗੇ, ਠੀਕ ਹੈ।